ਇਹ ਕੰਟੇਨਰ ਕਿੰਨੇ ਫੁੱਟ ਹੈਗਾ ਜਿਹੜਾ ਚੱਲਿਆ? 40 ਫੁੱਟ ਹੈ। 40 ਫੁੱਟ ਕੰਟੇਨਰ ਆ। ਕਹਿੰਦੇ ਯਾਰ ਕੰਟੇਨਰ ਕਿਸੇ ਨੇ ਬਾਹਰ ਘੇਰ ਘੱਲਿਆ, ਤੁਹਾਡਾ ਨਹੀਂ ਸੀਗਾ, ਕਿਸੇ ਹੋਰ ਦਾ। ਅੱਛਾ ਜੀ। ਕਹਿੰਦੇ ਬਾਈ ਉਹ 2022 ਦਾ ਖੜਿਆ ਆ ਉੱਥੇ। ਅੱਛਾ। ਕਹਿੰਦੇ ਹਾਲੇ ਤਾਈਂ ਉਹਦੇ ਪੇਪਰ ਨਹੀਂ ਪੂਰੇ ਹੋਏ ਤੇ ਭਾਈ ਉੱਤੇ $50,000 ਕਰੇ, $53,000 ਅਮਰੀਕਾ ਦੇ ਜੁਰਮਾਨਾ ਪੈ ਗਿਆ। ਪਟਾਕਾ ਪੈ ਗਿਆ, ਪਟਾਕਾ ਪੈ ਗਿਆ ਉੱਤੇ ਉਹ ਵਾਲਾ। ਕੰਟੇਨਰ ਬੁੱਕ ਕਰਨ ਚ ਫਾਇਦਾ ਆ ਕਿ ਮੰਨ ਲਓ ਜੇ ਕਿਸੇ ਬੰਦੇ ਨੇ ਇਕੱਲੀ ਚੀਜ਼ ਭੇਜਣੀ ਉਹਦਾ ਇਕੱਲੀ ਦਾ ਰੇਟ ਤੋਂ ਕੰਟੇਨਰ ਕਰਨ ਦਾ ਫਾਇਦਾ, ਅੱਜ ਕੱਲ ਦੇ ਮਾਹੌਲ ਦੇ ਵਿੱਚ ਕੰਟੇਨਰ ਕਰਨ ਦਾ ਫਾਇਦਾ। ਤੇ ਵੀਰੇ ਦੇ 2 ਟਰਾਲੀਆਂ ਨੇ, ਇਹ ਟਰੈਕਟਰ ਹੈ ਤੇ ਹੋਰ ਐਗਰੀਕਲਚਰ ਆਈਟਮ ਹੈ, ਹਨਾ। ਪੰਗਾ ਪਿਆ ਹੋਇਆ, ਪਟਾਕਾ ਪਿਆ ਗਿਆ, ਇਜ਼ਰਾਈਲ ਦੇ ਵਿੱਚ ਅਟੈਕ ਹੋ ਗਿਆ ਸੀਗਾ, ਹੁਣ ਜਾਣ ਕੇ ਰੂਟਿੰਗ ਉਹਨਾਂ ਨੇ ਘੁਮਾ ਘੁਮੂ ਕੇ ਲੈ ਕੇ ਜਾ ਰਹੇ, ਜਿਹਦੇ ਨਾਲ ਜਿਵੇਂ ਹੁਣ 2 ਮਹੀਨੇ ਲੱਗਦੇ ਸੀਗੇ, ਹੁਣ ਕਈ ਵਾਰ 2.5 ਮਹੀਨੇ ਲੱਗਣ ਲੱਗ ਜਾਂਦੇ ਆ, 85 ਦਿਨ 80 ਦਿਨ ਵੀ ਲੱਗਣ ਲੱਗ ਗਏ ਆ। ਹੁਣ ਮੈਂ ਪਿਛਲੀ ਵੀਡੀਓ 'ਚ ਇਹ ਵੀ ਗੱਲ ਕਹੀ ਸੀਗੀ ਵੀ ਪਾਰਟ ਲੋਡ ਆਪਾਂ ਕਰ ਸਕਦੇ ਹਾਂ, ਕਿੱਦਾਂ ਬੋਲਟ ਆ ਗਿਆ ਜਾਂ ਕਿੱਦਾਂ ਬੋਲਟ ਆ ਗਿਆ ਜਾਂ ਕਿੱਦਾਂ ਬਿਲਕੁਲ ਜੀਪ ਆ ਗਈ, ਹੈ ਨਾ ਵੀਰੇ, ਉਹਦਾ ਨੁਕਸਾਨ ਹੀ ਹੈ। ਮਹਿੰਗੀ ਪੈਂਦੀ ਆ, ਇੱਕ ਤਾਂ ਮਹਿੰਗੀ ਪੈਂਦੀ ਆ, ਇੱਕ ਉੱਧਰ ਜਾ ਕੇ ਖਰਚੇ ਬਹੁਤ ਪੈ ਜਾਂਦੇ। ਇੱਕ ਕੰਮ ਅਗਰ ਟਰਾਲੀਆਂ ਨੇ ਛੋਟੀਆਂ ਜਾਂ ਵੱਡੀਆਂ ਵੀ ਭੇਜਦੇ ਆ, ਫਿਰ ਇਹਨਾਂ ਦਾ ਕੀ ਜਾਂਦਾ ਵੀਰੇ? ਕਿਵੇਂ ਜੀ ਇਹਨਾਂ ਦਾ ਵੀਰੇ ਐਗਰੀਕਲਚਰ, ਇਹਨਾਂ ਨੇ ਫਾਰਮ ਬਣਾਇਆ। ਹਾਂਜੀ, ਇਹਨਾਂ ਫਾਰਮ ਦੇ ਯੂਜ, ਇਹਨਾਂ ਦਾ ਬਿੱਲ ਚਾਹੀਦਾ ਆਪਾਂ ਨੂੰ, ਸਿਰਫ ਬਿੱਲ ਚਾਹੀਦਾ। ਹਾਂ, ਬਿੱਲ ਚਾਹੀਦਾ। ਹਾਂ, ਤੇ ਬਾਕੀ ਮਿੱਤਰਾ ਹੁਣ ਜੇ ਕਿਸੇ ਨੇ ਕੰਟੇਨਰ ਭੇਜਣਾ ਬਾਈ ਜੀ, ਹਾਂਜੀ ਹਾਂਜੀ, ਸਮਾਨ ਕਿਹੜੀ ਕਿਹੜੀ ਕੰਟਰੀ ਆਪਾਂ ਭੇਜ ਸਕਦੇ ਹਾਂ ਤੇ ਕਿਹੜੀ ਨਹੀਂ ਭੇਜ ਸਕਦੇ? ਵੀਰੇ ਇਕੱਲਾ ਪਾਕਿਸਤਾਨ ਹੀ ਭੇਜਦੇ, ਬਾਕੀ ਸਾਰੀ ਚੀਜ਼ਾਂ ਭੇਜ ਦਾਂਗੇ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਹੈ, ਅਤੇ ਮੇਰੇ ਨਾਲ ਗੁਰਸ਼ਰਨ ਵੀਰਾ। ਪਿਛਲੀ ਵਾਰੀ ਬਾਈ ਹੁਣਾਂ ਦੀ ਵੀਡੀਓ ਕਰੀ ਸੀਗੀ ਆਪਾਂ, ਜਿਹਦੇ ਵਿੱਚ ਬਾਈ ਹੁਣ ਕਿੱਡੇ ਵੱਡੇ ਕੰਟੇਨਰ 'ਚ ਕਿੰਨਾ ਸਾਰਾ ਸਮਾਨ ਤੁੰਨ ਕੇ ਤਾਂ ਬਾਹਰ ਭੇਜਦੇ ਨੇ। ਇਹ ਐਤਕੀ ਆਪਾਂ ਬਾਈ ਜੀ ਕਿਹੜੇ ਪਿੰਡ ਖੜ੍ਹੇ ਹਾਂ? ਬਿਲਾਸਪੁਰ ਪਿੰਡ ਆ ਵੀਰੇ। ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਛੱਡਿਆ ਵੀਰੇ? ਨਾ ਵੀਰੇ, ਹੈ ਹੁਣ ਵੱਧ ਗਿਆ ਵੀਰੇ ਬਾਹਰ ਸਮਾਨ ਜਾਣਾ। ਹਾਂਜੀ ਹਾਂਜੀ ਵੀਰੇ, ਹਾਂਜੀ, ਜਿਵੇਂ ਐਤਕੀ ਤਾਂ ਚੱਲਿਆ, ਮੈਨੂੰ ਲੱਗਦਾ ਕਿੰਨਾ ਹੀ ਸਮਾਨ ਆ ਸੁੱਖ ਨਾਲ। ਐਗਰੀਕਲਚਰ ਦੀ ਡਿਮਾਂਡ ਜ਼ਿਆਦਾ ਵੱਧ ਗਈ ਵੀਰੇ, ਜ਼ਿਆਦਾ ਵੱਧ ਗਈ ਬਾਹਰ ਹੈ। ਜਿਵੇਂ ਇੱਕ ਆਹ ਚੱਲਿਆ ਨਿਕਾ ਜਿਹਾ ਟਰੈਕਟਰ, ਇੱਕ ਕੰਟੇਨਰ ਕਿੰਨੇ ਫੁੱਟ ਹੈਗਾ ਜਿਹੜਾ ਚੱਲਿਆ? 40 ਫੁੱਟ ਹੈ। 40 ਫੁੱਟ ਕੰਟੇਨਰ ਆ। ਮੈਂ ਜਿਹੜੇ ਵੀਰ ਸਾਡੇ ਦੇਖਦੇ ਆ, ਹਾਂਜੀ, ਕੰਟੇਨਰ ਬੁੱਕ ਕਰਨ 'ਚ ਫਾਇਦਾ ਆ ਕਿ ਮੰਨ ਲਓ ਜੇ ਕਿਸੇ ਬੰਦੇ ਨੇ ਇਕੱਲੀ ਚੀਜ਼ ਭੇਜਣੀ ਉਹਦਾ ਇਕੱਲੀ ਦਾ ਰੇਟ ਵੀਰੇ? ਕੰਟੇਨਰ ਕਰਨ ਦਾ ਫਾਇਦਾ, ਅੱਜ ਕੱਲ ਦੇ ਮਾਹੌਲ ਦੇ ਵਿੱਚ ਕੰਟੇਨਰ ਕਰਨ ਦਾ ਫਾਇਦਾ। ਹੁਣ ਮੈਂ ਪਿਛਲੀ ਵੀਡੀਓ 'ਚ ਇਹ ਵੀ ਗੱਲ ਕਹੀ ਸੀਗੀ ਵੀ ਪਾਰਟ ਲੋਡ ਆਪਾਂ ਕਰ ਸਕਦੇ ਹਾਂ, ਕਿੱਦਾਂ ਬੋਲਟ ਆ ਗਿਆ ਜਾਂ ਕਿੱਦਾਂ ਬੋਲਟ ਆ ਗਿਆ ਜਾਂ ਕਿੱਦਾਂ ਬਿਲਕੁਲ ਜੀਪ ਆ ਗਈ, ਹੈ ਨਾ ਵੀਰੇ, ਉਹਦਾ ਨੁਕਸਾਨ ਹੀ ਹੈ। ਮਹਿੰਗੀ ਪੈਂਦੀ ਆ, ਇੱਕ ਤਾਂ ਮਹਿੰਗੀ ਪੈਂਦੀ ਆ, ਇੱਕ ਉੱਧਰ ਜਾ ਕੇ ਖਰਚੇ ਬਹੁਤ ਪੈ ਜਾਂਦੇ। ਉਹ ਕਿਵੇਂ? ਉੱਧਰ ਜਾ ਕੇ ਜਿਵੇਂ ਨੰਬਰ ਪਲੇਟਾਂ ਰਜਿਸਟਰ ਕਰਾਉਣੀਆਂ ਜਾਂ ਉੱਦਾਂ ਹੋਰ ਜਿਹੜੇ ਵੀ ਚੀਜ਼ਾਂ ਨੇ, ਕਈ ਵਾਰ ਹੁੰਦਾ ਵੀਰੇ ਆਪਾਂ ਕਿਸੇ ਦਾ ਲੈ ਕੇ ਭੇਜ ਦਿੰਦੇ ਹਾਂ, ਕੰਟੇਨਰ ਖੜ ਗਿਆ, ਕਸਟਮ ਨੇ ਰੋਕ ਲਿਆ, ਮਹੀਨਾ ਖੜ ਗਿਆ, ਚੇਤੇ ਆ ਗਿਆ। ਇੱਕ ਕੱਲ ਪਰਸੋਂ ਮੈਂ ਇੱਕ ਗੱਲ ਸੁਣੀ ਜਾਂਦਾ ਸੀ ਵੀਰੇ ਹੁਣਾਂ ਦੀ, ਕਹਿੰਦੇ ਯਾਰ ਕੰਟੇਨਰ ਕਿਸੇ ਨੇ ਬਾਹਰ ਘੇਰ ਘੱਲਿਆ, ਤੁਹਾਡਾ ਨਹੀਂ ਸੀ ਸੀਗਾ, ਕਿਸੇ ਹੋਰ ਦਾ। ਅੱਛਾ ਜੀ। ਕਹਿੰਦੇ ਬਾਈ ਉਹ 2022 ਦਾ ਖੜਿਆ ਆ ਉੱਥੇ। ਅੱਛਾ। ਕਹਿੰਦੇ ਹਾਲੇ ਤਾਈਂ ਉਹਦੇ ਪੇਪਰ ਨਹੀਂ ਪੂਰੇ ਹੋਏ ਤੇ ਭਾਈ ਉੱਤੇ $50,000 ਕਰੇ, $53,000 ਅਮਰੀਕਾ ਦੇ ਜੁਰਮਾਨਾ ਪੈ ਗਿਆ। ਪਟਾਕਾ ਪੈ ਗਿਆ, ਪਟਾਕਾ ਪੈ ਗਿਆ ਉੱਤੇ ਉਹ ਵਾਲਾ। ਇਹ ਕੀ ਚੱਕਰ ਹੁੰਦਾ ਵੀਰੇ? ਵੀਰੇ ਏਦਾਂ ਨਾ, ਜਿਵੇਂ ਪੇਪਰ ਆਪਾਂ ਤਿਆਰ ਕਰਦੇ ਹਾਂ ਇੰਡੀਆ ਤੋਂ, ਜਿਵੇਂ ਬਿੱਲ ਆਫ ਲੈਂਡਿੰਗ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ, ਉਹ ਨਾ ਉੱਥੇ ਵੀ ਸ਼ਿਪਿੰਗ ਲਾਈਨ ਨੂੰ ਦੇਣੀਆਂ ਪੈਂਦੀਆਂ ਨੇ। ਇੱਥੋਂ ਪੇਮੈਂਟ ਜਿਵੇਂ ਤੁਹਾਨੂੰ ਮੈਂ 5 ਲੱਖ 6 ਲੱਖ 7 ਲੱਖ ਰੁਪਇਆ ਲੈ ਲਈ ਕੰਟੇਨਰ ਦੀ, ਠੀਕ ਹੈ ਜੀ, ਤਾਂ ਲੈ ਲਈ ਜੇ ਉਹ ਮੈਂ ਜਮਾ ਨਹੀਂ ਕਰਾਊਂਗਾ ਵੀਰੇ ਇੱਥੇ ਇੰਡੀਆ ਦੇ ਵਿੱਚ, ਉਹਨੂੰ ਦਊਂਗਾ ਪੇਪਰ ਕਿਵੇਂ ਦੇਣਗੇ ਜੀ ਆਪਾਂ ਨੂੰ? ਉਹ ਤਾਂ ਮੈਂ ਲੈ ਕੇ ਖਾ ਜਾਣੀ ਆ, ਤੁਸੀਂ ਮੈਨੂੰ ਕਹੀ ਜਾਣਾ ਪੇਪਰ, ਮੈਂ ਜਲ ਹੀ ਬਣਾ ਬਣਾ ਉਹੀ ਭੇਜੀ ਜਾਣੇ, ਡਰਾਫਟ ਭੇਜ ਦੇਣਾ ਵੀਰੇ ਆ ਗਏ ਜੀ, ਹੋ ਗਏ ਜੀ, ਆਹ ਹੋ ਗਏ ਜੀ, ਜਾਨੂੰ ਅਗਲੇ ਦਾ ਪਟਾਕਾ ਪੈ ਜਾਂਦਾ, ਜਾਨੂੰ ਸਮਾਨ ਵਿੱਚ ਲਮਕ ਜਾਂਦਾ ਉੱਥੇ ਜਾ ਕੇ, ਕਿ ਕੰਟੇਨਰ ਦਾ ਵੀ ਨੁਕਸਾਨ ਹਾਂਜੀ, ਆਪਣੇ ਪੈਸੇ ਦਾ ਨੁਕਸਾਨ ਤੇ ਚੀਜ਼ਾਂ ਜਿਹੜੀਆਂ ਭੇਜੀਆਂ ਭਾਈ ਉਹ ਵੀ ਤੁਹਾਡੀਆਂ ਸਾਹ ਸਰੀ ਗੱਲ ਹੋ ਗਈ। ਜਿਵੇਂ ਬਾਈ ਆਹ ਕੰਟੇਨਰ ਦੇ ਵਿੱਚ ਕੀ ਚੱਲਿਆ? ਵੈਸੇ ਇੱਕੋ ਘਰ ਦਾ ਸਮਾਨ ਆ ਸਾਰਾ? ਇੱਕੋ ਦਾ ਜੀ, ਇਹ ਨਾਨਕੇ ਪਿੰਡ ਆ ਵੀਰ ਦੇ ਮੇਲਾ ਦਾ। ਅੱਛਾ ਜੀ। ਸੁੱਖਾ ਔਲਖਾ ਮੁੰਡਾ ਜੀ, ਹਾਂਜੀ, ਵੀਰ ਨਾਲ ਜਿਹਨਾਂ ਮੇਰੀ ਗੱਲ ਹੋ ਰਹੀ ਸੀ, ਠੀਕ ਆ ਜੀ, ਤੇ ਇਹ ਬਿਲਾਸਪੁਰ ਉਹਨਾਂ ਦੇ ਨਾਨਕੇ ਪਿੰਡ ਆ, ਤੇ ਵੀਰੇ ਦੇ 2 ਟਰਾਲੀਆਂ ਨੇ, ਇਹ ਟਰੈਕਟਰ ਹੈ ਤੇ ਹੋਰ ਐਗਰੀਕਲਚਰ ਆਈਟਮ ਹੈ, ਹਨਾ। ਜੇ ਵੀਰੇ ਅੱਜ ਡੇਟ ਆਪਣੇ ਜੇ ਫੋਨ ਤੇ ਆਪਾਂ ਦੇਖੀ, ਅੱਜ ਹੈਗੀ ਆ 31 ਦਸੰਬਰ, ਠੀਕ ਹੈ, ਜੇ ਮੰਨ ਲਓ ਅੱਜ ਇਹ ਸਮਾਨ ਇੱਥੋਂ ਲੋਡ ਕੀਤਾ ਆਪਾਂ ਬਿਲਾਸਪੁਰੋਂ, ਹਾਂਜੀ, ਤੇ ਇਹ ਜਾਣਾ ਕਿੱਥੇ ਆ? ਜਾਣਾ ਵੀਰੇ ਲੁਧਿਆਣੇ।
ਲੁਧਿਆਣੇ ਲੁਧਿਆਣੇ ਤੋਂ ਗਾ ਮਦੁਰਾਈ ਉਦੋਂ ਗਾ ਉਦੋਂ ਬਾਅਦ ਵੀਰੇ ਸਿੱਧਾ ਹੀ ਜਾਣਾ ਹੁਣ ਜਿਵੇਂ ਇੱਕ ਪੰਗਾ ਪਿਆ ਹੋਇਆ ਪਟਾਕਾ ਪਿਆ ਗਿਆ ਜੀ ਇਜ਼ਰਾਈਲ ਦੇ ਵਿੱਚ ਅਟੈਕ ਹੋ ਗਿਆ ਸੀਗਾ ਹੁਣ ਜਾਣ ਕੇ ਰੂਟਿੰਗ ਉਹਨਾਂ ਨੇ ਘੁਮਾ ਘੁੰਮੂ ਕੇ ਲੈ ਕੇ ਜਾ ਰਹੇ ਜਿਹਦੇ ਜਿਹਦੇ ਨਾਲ ਕਿ ਟਾਈਮ ਵੱਧ 2 ਮਹੀਨੇ ਲੱਗਦੇ ਸੀਗੇ ਹੁਣ ਕਈ ਵਾਰ 2.5 ਮਹੀਨੇ ਲੱਗਣ ਲੱਗ ਜਾਂਦੇ ਆ 85 ਦਿਨ 80 ਦਿਨ ਵੀ ਲੱਗਣ ਲੱਗ ਗਏ ਆ ਅੱਜ ਕੱਲ੍ਹ ਦੇ ਮਤਲਬ ਜਿਹਨੂੰ ਕਹਿ ਦਈਏ ਬਾਈ ਇਹ ਜਨਵਰੀ ਫਰਵਰੀ ਤੇ ਮਾਰਚ ਮਹੀਨੇ ਪਹੁੰਚੂ ਇਹ ਮਾਰਚ ਇਹ ਮਾਰਚ ਮਹੀਨੇ ਪਹੁੰਚ ਜੂਗਾ ਤੇ ਜਿਹੜੇ ਵੀਰੇ ਨੇ ਮੰਨ ਲਓ ਕਿਸੇ ਨੇ ਸਮਾਨ ਬਾਹਰ ਮੰਗਾਉਣਾ ਆ ਹਨਾ ਉਹ ਵੀਰੇ ਨੂੰ ਪਹਿਲਾਂ ਚੀਜ਼ਾਂ ਕਿਹੜੀਆਂ ਚਾਹੀਦੀਆਂ ਹੁੰਦੀਆਂ ਮੰਨ ਲਓ ਆ ਟਰੈਕਟਰ ਆ ਇਹ ਤਾਂ ਬਾਈ ਨਵਾਂ ਆ ਨਵਾਂ ਜਿਵੇਂ ਮੈਨੂੰ ਕਈ ਵੀਰੇ ਦੱਸਦੇ ਸੀ ਕਹਿੰਦੇ ਨਵਾਂ ਸਮਾਨ ਭੇਜਣਾ ਔਖਾ ਆ ਬਾਹਰ ਹਾਂਜੀ 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 ਇਹ ਵੀਰੇ ਇਦਾਂ ਨਾ ਇਹ ਹੈਗਾ ਵਾ 60 HP ਤੋਂ ਘੱਟ ਅੱਛਾ ਇਹ 30 HP ਦੇ ਕਰੀਬ ਆ ਮੈਨੂੰ ਲੱਗਦਾ ਠੀਕ ਆ ਜੀ ਜਿਹੜਾ ਮੇਰਾ ਆਈਡੀਆ ਵਾ ਕਿਉਂਕਿ ਇਹ ਉੱਥੇ ਨਾ ਜਿਹੜਾ 60 HP ਦੇ ਪਲੱਸ ਹੋ ਜਾਂਦੇ ਆ ਉੱਥੇ ਟਰੈਕਟਰ ਉਹ ਪਾਸ ਨਹੀਂ ਕਰਦਾ ਰਿਮਾਰਮੈਂਟ ਡਿਪਾਰਟਮੈਂਟ ਕਸਟਮ ਪਾਸ ਕਰ ਦਿੰਦਾ ਰਿਮਾਰਮੈਂਟ ਡਿਪਾਰਟਮੈਂਟ ਨਹੀਂ ਕਰਦਾ ਪਾਸ ਨਵਾਂ ਟਰੈਕਟਰ ਤੁਹਾਡਾ ਪਾਸ ਨਹੀਂ ਹੁੰਦਾ ਉੱਥੇ ਨਹੀਂ ਹੁੰਦਾ ਜੀ ਉਹ ਜੇ ਪਾਸ ਹੋ ਵੀ ਜਾਂਦਾ ਤਾਂ ਉਹ ਸਕ੍ਰੈਪ ਕਰ ਦਿੰਦੇ ਆ ਤਾਂ ਮਤਲਬ ਜਿਹੜੇ ਆਪਾਂ ਪੁਰਾਣੇ ਟਰੈਕਟਰ ਇੱਥੋਂ ਭੇਜਦੇ ਹਾਂ ਤਿਆਰ ਕਰਾ ਕੇ ਹਾਂਜੀ ਉਹ ਚੱਲ ਜਾਂਦੇ ਨੇ ਉਹ 15 ਸਾਲ ਪੁਰਾਣੇ ਜਾਂਦੇ ਆ ਜੀ ਉਹਦਾ ਕੋਈ ਇਸ਼ੂ ਨਹੀਂ ਹੈਗਾ ਉਹਨਾਂ ਦਾ ਇਸ਼ੂ ਨਹੀਂ ਹੈਗਾ ਜਿਵੇਂ ਆਪਾਂ ਜੀਪਾਂ ਭੇਜਦੇ ਹਾਂ ਸੱਚ ਬਹੁਤ ਵੀਰ ਅੱਜ ਕੱਲ੍ਹ ਹੁਣ ਤਾਂ ਟਰੈਂਡ ਚੱਲ ਪਿਆ ਟਰੈਂਡ ਚੱਲ ਪਿਆ ਅਗਲਾ ਕੰਟੇਨਰ ਹੀ ਬੁੱਕ ਕਰ ਲੈਂਦਾ ਸਾਰੇ ਯਾਰ ਦੋਸਤ ਰਲ ਕੇ 4-5 ਜੀਪਾਂ ਮੰਗਾ ਲੈਂਦੇ ਆ ਫਿਰ ਜੀਪਾਂ ਦਾ ਕਿਆ ਚੱਕਰ ਹੁੰਦਾ ਕਿ ਜੀਪਾਂ ਕਿਸੇ ਨੇ ਮੰਗਾਉਣੀਆਂ ਆ ਮੰਨ ਲਓ ਕਿਸੇ ਨੇ ਜੀਪ ਵਾਲੇ ਬੰਦੇ ਦੇ ਬੋਝ ਨਹੀਂ ਪਾਉਣਾ ਜਿੱਤ ਜੀਪ ਤਿਆਰ ਕਰਾਈ ਅਗਲਾ ਕਹਿੰਦਾ ਜੀਪ ਮੈਂ ਤਿਆਰ ਕਰਾ ਲਈ ਆਪ ਮੰਗਾਉਣੀ ਆ ਉਹਨੂੰ ਕੀ ਕੀ ਚਾਹੀਦਾ ਹੁਣ ਉਹਨੂੰ ਤਾਂ ਵੀਰੇ ਫਿਰ ਪੇਪਰ ਚਾਹੀਦੇ ਆ ਜੀਪ ਦੇ ਜੀਪ ਦੇ ਪੇਪਰ ਐਕਸਪੋਰਟ ਦਾ ਲਾਇਸੈਂਸ ਜੇ ਕਰਨੀ ਆ ਆਪ ਐਕਸਪੋਰਟ ਕਰਨੀ ਆ ਜੇ ਮੰਨ ਲਓ ਤੁਹਾਡੇ ਕੋਲ ਭੇਜਣੀ ਆ ਮੇਰੇ ਕੋਲ ਵੀਰੇ ਬਸ ਜੀਪ ਚਾਹੀਦੀ ਆ ਆਰਸੀ ਚਾਹੀਦੀ ਆ ਐਫੀਡੇਟ ਚਾਹੀਦਾ ਐਨਓਸੀ ਹੋ ਜਾਂਦੀ ਆ ਪੁਲਿਸ ਕਲੀਅਰਿੰਗ ਜਿੱਦਾਂ ਕਹਿ ਰਹੀਏ ਆਪਾਂ ਠੀਕ ਆ ਉਹ ਲੈ ਕੇ ਬਸ 3-4 ਚੀਜ਼ਾਂ ਤੇ ਆਰਸੀ ਕਿੰਨੇ ਟਾਈਮ ਪੁਰਾਣੀ ਚਾਹੀਦੀ 15 ਸਾਲ ਪੁਰਾਣੀ ਚਾਹੀਦੀ ਆ ਤੇ ਇਹ ਤਾਂ ਚੀਜ਼ਾਂ ਹੋ ਗਈਆਂ ਜਿਹੜੀਆਂ ਜਿਨ੍ਹਾਂ ਦੇ ਪੇਪਰ ਵੈਲਿਡ ਆ ਇਹ ਕੰਮ ਅਗਰ ਟਰਾਲੀਆਂ ਨੇ ਛੋਟੀਆਂ ਜਾਂ ਵੱਡੀਆਂ ਵੀ ਭੇਜਦੇ ਆ ਫਿਰ ਇਹਨਾਂ ਦਾ ਕੀ ਜਾਂਦਾ ਵੀਰੇ ਕਿਵੇਂ ਜੀ ਇਹਨਾਂ ਦਾ ਵੀਰੇ ਐਗਰੀਕਲਚਰ ਨੇ ਫਾਰਮ ਬਣਾਇਆ ਹਾਂਜੀ ਇਹਨਾਂ ਫਾਰਮ ਦੇ ਯੂਜ਼ ਇਹਨਾਂ ਦਾ ਬਿੱਲ ਚਾਹੀਦਾ ਆਪਾਂ ਨੂੰ ਸਿਰਫ ਬਿੱਲ ਚਾਹੀਦਾ ਹੈ ਹਾਂ ਬਿੱਲ ਚਾਹੀਦਾ ਅੱਛਾ ਇੱਕ ਤਾਂ ਆਹ ਆ ਨਾਲ ਫਿਰ ਨਾਲ ਜਿਵੇਂ ਆਪਣਾ ਉਹ ਇੰਪਲੀਮੈਂਟ ਹੋਰ ਵੀ ਨੇ ਸੁੱਖ ਨਾਲ ਲੇਜ਼ਰ ਕਰਾ ਵੀ ਵਿੱਚ ਹੈਗਾ ਆ ਹਾਂਜੀ ਅੱਛਾ ਇਹ ਸਾਰਾ ਕੁਝ ਇੱਕੋ ਕੰਟੇਨਰ ਦੇ ਵਿੱਚ ਹੋ ਜਾਂਦਾ ਇੱਕ ਕੰਟੇਨਰ ਦੇ ਵਿੱਚ ਜੇ ਮੰਨ ਲਓ ਕਈ ਵਾਰੀ ਐ ਵੀ ਹੁੰਦਾ ਵੀਰੇ ਕਿ ਵਿੱਚ ਥੋੜੀ ਜਿਹੀ ਕੰਟੇਨਰ ਦੇ ਥਾਂ ਬਚ ਗਈ ਹਾਂਜੀ ਕਿਸੇ ਦੇ ਵੀਰੇ ਵੀਰੇ ਕੋਲੇ ਬੁਲਟ ਖੜਿਆ ਆ ਅਗਲਾ ਫੋਨ ਕਰੇ ਕੋਚ ਹੀ ਲੈਂਦਾ ਵੀਰੇ ਵੀਰੇ ਮੈਂ ਉਹ ਚੀਜ਼ ਹੁਣ ਬੰਦ ਕਰਤੀ ਬੰਦ ਕਰਤੀ ਹਾਂ ਨਹੀਂ ਭੇਜਣਾ ਇਦਾਂ ਨਹੀਂ ਨਹੀਂ ਉਹ ਚੀਜ਼ ਮੈਂ ਬੰਦ ਹੀ ਕਰਤੀ ਆ ਤੇ ਮੈਂ ਪਹਿਲਾਂ ਵੀ ਵੀਡੀਓ ਤੁਹਾਨੂੰ ਮੈਂ ਦੱਸਿਆ ਵੀਡੀਓ ਵਿੱਚ ਮੈਂ ਕਿਹਾ ਸੀਗਾ ਪਾਰਟ ਲੋਡ ਮੈਂ ਭੇਜ ਦੇਣਾ ਪਰ ਹੁਣ ਮੈਂ ਉਹ ਚੀਜ਼ ਬੰਦ ਕਰਤੀ ਆ ਆਪਦਾ ਕੰਟੇਨਰ ਬਣਾਓ ਵੀਰੇ ਤਾਂ ਸੇਫਟੀ ਆ ਕਿਸੇ ਦਾ ਬੁਲਟ ਪਾਤਾ ਕਿਸੇ ਜੀਪ ਪਾਤੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਕਰਕੇ ਮੈਂ 2 ਸਾਲ ਕਰਕੇ ਵੀਰੇ ਸੱਟ ਚੁੱਕੇ ਆ ਨੁਕਸਾਨ ਹੀ ਨੁਕਸਾਨ ਚੱਲਿਆ ਹੁਣ ਤੱਕ ਮੈਂ ਚਲੋ ਬੁਲਟ ਤਾਂ ਛੋਟੀ ਚੀਜ਼ ਆ ਅਗਲਾ ਕਹਿੰਦਾ ਮੈਂ ਜੀਪ ਭੇਜਣੀ ਆ ਇੱਕ ਹਾਂਜੀ ਸਲਜੂ 20 ਫੁੱਟੇ ਕੰਟੇਨਰ 'ਚ ਭੇਜ ਦਾਂਗੇ ਜੀ ਉਹਦਾ ਹੀ ਕੰਟੇਨਰ ਹੋਊਗਾ ਜੀ ਅੱਛਾ ਇੱਕੋ ਕੰਟੇਨਰ 'ਚ ਇੱਕੋ ਜੀਪ ਜਾਊਗੀ ਹਾਂਜੀ ਅੱਛਾ ਫਾਲਤੂ ਕੋਈ ਸਮਾਨ ਨਹੀਂ ਨਾ ਜੀ ਨਾ ਵੀਰੇ ਅੱਛਾ ਉਹ ਵਾਲਾ ਕੰਮ ਹੁਣ ਬੰਦ ਕਰਤਾ ਹੈ ਉਹ ਬੰਦ ਕਰ ਚੁੱਕੇ ਆ ਜੀ ਅੱਛਾ ਇੱਕ ਤਾਂ ਆਇਆ ਤੇ ਪਲਾਸ ਆ ਫਰਨੀਚਰ ਵੀ ਜਾਂਦਾ ਆ ਇਹ ਫਰਨੀਚਰ ਵੀ ਘਰ ਵਾਸਤੇ ਆਪਦੇ ਆਪਦੇ ਹਰੇਕ ਦੇ ਅੱਛਾ ਇਹ ਤਾਂ ਮੰਨ ਲਓ ਕਿਸੇ ਦੇ ਘਰੇ ਪੁਰਾਣਾ ਫਰਨੀਚਰ ਪਿਆ ਹੁੰਦਾ ਅਗਲੇ ਦੇ ਘਰੋਂ ਬਾਈ ਅਗਲੇ ਸੰਦੂਕ ਲੈ ਜਾਣੇ ਆ ਬੈੱਡ ਲੈ ਜਾਣੇ ਆ ਹੋਰ ਚੀਜ਼ਾਂ ਲੈ ਜਾਣੇ ਇਹਦੀ ਤਾਂ ਬਿੱਲ ਦੀ ਲੋੜ ਹੀ ਨਹੀਂ ਹੁੰਦੀ ਨਹੀਂ ਉਹਦਾ ਬਿੱਲ ਨਹੀਂ ਫਿਰ ਵੀਰੇ ਹਾਊਸ ਹੋਲਡ ਗੁੱਡ ਜਿਵੇਂ ਕਹਿ ਰਹੀਏ ਆਪਾਂ ਐਫੀਡੇਟ ਬਣ ਜਾਂਦਾ ਵੀ ਸਾਡੇ ਘਰੋਂ ਆ ਉਹਦੀ ਪਾਸਪੋਰਟ ਦੀ ਕਾਪੀ ਲੈ ਲਈਦੀ ਆ ਜਾਂ ਜਿੱਦਾਂ ਵੀ ਉਹਨਾਂ PR ਦੀ ਕਾਪੀ ਲੈ ਲਈਦੀ ਆ ਫਿਰ ਅਗਲਾ ਲੈ ਜਾਂਦਾ ਬਸ ਇੰਨਾ ਕੀ ਕੰਮ ਆ ਹਾਂਜੀ ਹਾਂਜੀ ਤੇ ਇਹਦੇ ਲਈ ਧਿਆਨ ਕਿਹੜਾ ਰੱਖਣਾ ਪੈਣਾ ਹੁਣ ਕਿਸੇ ਨੇ ਮੰਨ ਲਓ ਇੰਪਲੀਮੈਂਟ ਬਣਵਾਉਣੇ ਜਾਂ ਕੋਈ ਵੀ ਚੀਜ਼ ਲੋਡ ਕਰਨੀ ਹੈ ਇਹਦੇ ਵਿੱਚ ਕਿਹੜੀ ਚੀਜ਼ ਨਹੀਂ ਪੈਣੀ ਚਾਹੀਦੀ ਸਾਡੇ ਕੋਲੋਂ ਇਹਦੇ ਵਿੱਚ ਵੀਰੇ ਚੀਜ਼ਾਂ ਦੇਖੋ ਇੰਪਲੀਮੈਂਟ ਤਾਂ ਸਾਰੇ ਹੀ ਜਾਂਦੇ ਆ ਹਾਂ ਠੀਕ ਆ ਨਾ ਇਹੀ ਆ ਧਿਆਨ ਰੱਖਣਾ ਪੈਂਦਾ ਵੀ ਮਿੱਟੀ ਮੁੱਟੀ ਨਾ ਲੱਗੀ ਹੋਵੇ ਜ਼ਿਆਦਾ ਤੇ ਜ਼ਿਆਦਾ ਜਾਂ ਕਹਿ ਲਈਏ ਪੁਰਾਣੀ ਚੀਜ਼ ਨਾ ਹੋਵੇ ਜੰਗ ਜੁੰਗ ਨਾ ਲੱਗੀ ਹੋਵੇ ਬਿਲਕੁਲ ਇਹੀ ਚੀਜ਼ ਆ ਬਸ ਇਹੀ ਚੀਜ਼ਾਂ ਨੇ ਭਾਈ ਹੈ ਤੇ ਆਜੋ ਵੀਰੇ ਇਹਨੂੰ ਚੱਲਦੇ ਮਗਰ ਤਾਂ ਰੌਲਾ ਵਾਵਾ ਪਈ ਜਾਂਦਾ ਆਪਾਂ ਹੋ ਗਏ ਲੇਟ ਉਹਨਾਂ ਨੂੰ ਭਾਈ ਉਹਨਾਂ ਨੇ ਲੋਡਿੰਗ ਕਰ ਲਈ ਭਾਈ ਸ਼ੁਰੂ ਹੈ ਜਿਹੜੇ ਇੰਪਲੀਮੈਂਟ ਤਿਆਰ ਕਰ ਰਹੇ ਨੇ ਇਹ ਇੱਕ ਤਾਂ KS ਪਾਵਰਟੈਕ ਮਲੇਰਕੋਟਲਾ ਤੇ ਪਲੱਸ ਗਿਆਨੀ ਇੰਪਲੀਮੈਂਟ ਵਾਲੇ ਬਾਈ ਦਾ ਸਵੇਰੇ ਫੋਨ ਆਇਆ ਸੀ ਮੈਂਸ਼ਨ ਕਰਤਾ ਭਾਈ ਉਹਨਾਂ ਦੇ ਬਣੇ ਨੇ ਹਾਂਜੀ ਉਹ ਵੀਰਾ ਵੀ ਮੇਲਾ ਪਹੁੰਚ ਰਿਹਾ ਹਾਂ ਆ ਰਿਹਾ ਮੇਲਾ 5-7 ਮਿੰਟ ਵੀਡੀਓ ਕਰਕੇ ਥੋੜੇ ਕਾਲੀ ਚ ਆਉਂਦੇ ਪਏ ਨੇ ਕੋਈ ਗੱਲ ਨਹੀਂ ਉਹਨਾਂ ਦਾ ਸ਼ਾਰਟ ਵੀ ਵਿੱਚ ਲਾ ਦਾਂਗੇ
ਤੇ ਬਾਕੀ ਮਿੱਤਰਾ ਹੁਣ ਜੇ ਕਿਸੇ ਨੇ ਕੰਟੇਨਰ ਭੇਜਣਾ ਬਾਈ ਜੀ, ਹਾਂਜੀ ਹਾਂਜੀ, ਸਮਾਨ ਕਿਹੜੀ ਕਿਹੜੀ ਕੰਟਰੀ ਆਪਾਂ ਭੇਜ ਸਕਦੇ ਹਾਂ ਤੇ ਕਿਹੜੀ ਨਹੀਂ ਭੇਜ ਸਕਦੇ? ਵੀਰੇ ਇਕੱਲਾ ਪਾਕਿਸਤਾਨ ਹੀ ਭੇਜ ਦੇ, ਬਾਕੀ ਸਾਰੀ ਚੀਜ਼ਾਂ ਭੇਜ ਦਾਂਗੇ। ਸਾਈਪ੍ਰਸ ਮੰਗਵਾਉਣਾ ਕਿਸੇ ਨੇ? ਹੈ ਜੀ, ਸਾਈਪ੍ਰਸ ਮੰਗਵਾਉਣਾ ਭੇਜ ਦਾਂਗੇ ਵੀਰੇ। ਦੁਬਈ ਮੰਗਵਾਉਣਾ? ਉੱਧਰ ਕਸਟਮ ਦੀ ਜ਼ਿੰਮੇਵਾਰੀ ਆਪਦੀ ਹੈ, ਭੇਜ ਮੈਂ ਜ਼ਰੂਰ ਦੂੰਗਾ। ਜਿਹੜੀ ਮਰਜ਼ੀ ਕੰਟਰੀ ਹੋਵੇ, ਜਿਹੜੀ ਮਰਜ਼ੀ ਕੰਟਰੀ ਹੋਵੇ, ਕਸਟਮ ਆਪ ਕਰਾਉਣਾ ਉਹਨਾਂ ਨੇ। ਕੈਨੇਡਾ, USA ਕਸਟਮ ਦੀ ਜ਼ਿੰਮੇਵਾਰੀ ਲੈ ਲਾਂਗੇ, ਦੇ ਵੀ ਦੇਵਾਂਗੇ, ਬ੍ਰੋਕਰ ਵੀ ਦੇ ਦਾਂਗੇ ਵਧੀਆ ਤੋਂ ਵਧੀਆ, ਹੈਨਾ। ਕਸਟਮ ਜੇ ਕਹਿੰਦਾ ਬੰਦਾ ਪਾਸ ਵੀ ਕਰਾ ਕੇ ਦੇ ਦਾਂਗੇ। ਮੰਨ ਲਓ ਕੰਟੇਨਰ ਉੱਥੇ ਉਤਰਦਾ ਆ, ਉੱਥੇ ਉਤਰਨ ਤੋਂ ਬਾਅਦ ਕੀ ਹੁੰਦਾ, ਮੰਨ ਲਓ ਘਰ ਤਾਂ ਅਗਲੇ ਬੰਦੇ ਦਾ ਦੂਰ ਆ, ਹਾਂਜੀ, ਫਿਰ ਉੱਥੋਂ ਕੀ ਹੁੰਦਾ ਜਦੋਂ ਕੰਟੇਨਰ ਉੱਤਰ ਗਿਆ? ਬ੍ਰੋਕਰ ਜਿਵੇਂ ਹੁਣ ਇੰਡੀਆ 'ਚ ਮੈਨੂੰ ਬ੍ਰੋਕਰ ਕਰਿਆ, ਕਸਟਮ ਬ੍ਰੋਕਰ ਕਰਿਆ, ਹੈਨਾ, ਜਿੱਦਾਂ ਵੀ ਹੈ, ਉੱਥੋਂ ਵੀ ਕਰਨਾ ਪੈਂਦਾ ਅਤੇ ਉਦੋਂ ਕਰਕੇ ਕਸਟਮ ਕਲੀਅਰਿੰਗ ਕਰਵਾ ਕੇ ਜੋ ਵੀ ਪੋਰਟ ਦੇ ਖਰਚੇ ਵਗੈਰਾ ਪੇ ਕਰਕੇ ਸਾਰਾ ਕੁਛ ਟਰੱਕ ਨਾਲ ਆਪਦੇ ਘਰ ਲਿਜਾ ਸਕਦੇ ਹੋ। ਟਰੱਕ ਨਾਲ ਘਰ ਲਿਜਾਓ, ਸਮਾਨ ਲਾਓ, ਲਾਓ ਟਰੈਕਟਰ ਆਪ ਚਲਾਓ, ਫਿਰ ਭਾਈ ਹੈ ਨਜ਼ਾਰੇ ਲਾਓ, ਵੀਡੀਓ ਸ਼ੂਟ ਕਰੋ, ਹਾਂ, ਕੈਨੇਡਾ ਦੀਆਂ ਕਦੇ ਸਨੋਹ ਹਟਾਓ ਜਾਂ ਕੁਛ ਹੋਰ ਕਰੋ, ਹਾਂ, ਫਿਰ ਭਾਈ ਔਰ ਇੱਕ ਵੀਡੀਓ ਸ਼ੂਟ ਕਰੋ, ਮੇਰੇ ਸ਼ਰੀਕਾਂ ਨੂੰ ਭੇਜੋ ਤੇ ਲਓ ਵੀ ਮਤਲਬ। ਬਾਕੀ ਬਾਈ ਦਾ ਨੰਬਰ ਦੇ ਦਿੱਤਾ ਸਕਰੀਨ 'ਤੇ, ਬਾਈ ਆਈ ਡੀ ਬਣਾਈ ਇੰਸਟਾਗ੍ਰਾਮ ਦੀ ਕਿ ਨਹੀਂ? ਹਾਂਜੀ ਹਾਂਜੀ ਹੈ, ਇੰਸਟਾਗ੍ਰਾਮ ਦੀ ਆਈ ਡੀ ਬਾਈ ਦੀ ਦੇ ਦਿੱਤੀ, ਫੇਸਬੁੱਕ ਦੀ ਵੀ ਦੇ ਦਿੱਤੀ, ਨੰਬਰ ਵੀ ਦੇ ਦਿੱਤੇ, ਅਤੇ ਬਾਈ ਨਾਲ ਵਟਸਐਪ 'ਤੇ ਕੰਟੈਕਟ ਕਰ ਲਓ, ਸਵੇਰੇ ਕਰ ਲਓ, ਸ਼ਾਮ ਨੂੰ ਕਰ ਲਓ, ਰਾਤ ਨੂੰ ਕਰ ਲਓ, ਭਾਈ ਤੁਹਾਡੀ ਮਰਜ਼ੀ ਆ, ਬਾਈ ਸਾਡਾ 24 ਘੰਟੇ ਅਵੇਲੇਬਲ ਆ। ਹਾਂਜੀ, ਅਤੇ ਬਾਕੀ ਅੱਜ ਕੱਲ੍ਹ ਦੀ ਵੀਡੀਓ ਤੁਹਾਡੇ ਕੰਮ ਆਊਗੀ ਜਿੱਦਾਂ ਪਿਛਲੀ ਵਾਰੀ ਕੰਮ ਆਈ ਸੀਗੀ। ਉੱਧਰੋਂ ਵੀਰੇ ਇੰਪੋਰਟ ਨਹੀਂ ਆਉਣੀ, ਹਾਂ, ਇੱਕ ਇਹ ਵੀ ਗੱਲ ਮੈਂ ਕਹਿ ਰਿਹਾ ਵੀ ਉੱਧਰੋਂ ਟਰੈਕਟਰ ਬੋਲਟ ਜੀਪਾਂ ਇੰਪੋਰਟ ਨਹੀਂ ਆਉਂਦੀ ਆਪਣੇ ਇੰਡੀਆ, ਜੇ ਆਉਂਦੀਆਂ ਨੇ ਤਾਂ ਐਗਜੀਬਿਸ਼ਨ ਵਗੈਰਾ ਜਾਂ ਡਿਊਟੀ ਬਹੁਤ ਆ, ਕਸਟਮ ਡਿਊਟੀ ਦੇ ਖਰਚੇ ਬਹੁਤ ਨੇ, ਆਪਾਂ ਇੱਧਰੋਂ ਭੇਜ ਸਕਦੇ, ਇੱਧਰੋਂ ਭੇਜ ਸਕਦੇ, ਉੱਧਰੋਂ ਨਹੀਂ ਆ ਸਕਦੇ। ਕਈ ਵੀਰਾਂ ਦਾ ਫੋਨ ਆਉਂਦਾ ਵੀਰੇ ਟਰੈਕਟਰ ਖੜੇ ਆਪਣੇ ਕੋਲੇ, 4x4 ਜੀਪਾਂ ਖੜੀਆਂ, ਯੋਂਗੇ ਖੜੇ ਆ ਬਹੁਤ ਉੱਥੇ, ਹੈਨਾ, ਵੀ ਉਹ ਵੀਰੇ ਸਕਰੈਪ ਆਉਂਦੀ ਆ, ਸਕਰੈਪ ਆਪਾਂ ਕਰਦੇ ਨਹੀਂ, ਆਪਾਂ ਨਵੀਆਂ ਚੀਜ਼ਾਂ ਬ੍ਰਾਂਡ ਨੂੰ ਭੇਜਦੇ ਆ, ਮਤਲਬ ਕਿ ਆਪਾਂ ਆਉਂ ਕਰ ਸਕਦੇ ਆਉਂ ਨਹੀਂ ਕਰ ਸਕਦੇ। ਬਾਕੀ ਅੱਜ ਕੱਲ੍ਹ ਦੀ ਵੀਡੀਓ ਤੁਹਾਡੇ ਕੰਮ ਆਵੇ ਮਿੱਤਰੋ, ਅਤੇ ਬਾਈ ਦੇ ਵੀ ਕੰਮ ਆਵੇ, ਅਤੇ ਬਾਈ ਤੁਹਾਡਾ ਅਤੇ ਬਾਈ ਤੁਹਾਡਾ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਧੰਨਵਾਦ, ਬਣ ਗਈ ਵੀਡੀਓ, ਬਣ ਗਈ ਹੈ, ਲਓ ਜੀ ਟਾਈਮ ਨਾਲ ਹੀ ਬਣ ਗਈ।